ਭਾਈ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਯਾਦਾਂ ਬਾਲੀਵੁੱਡ ਦੀਆਂ। 95 ਤੋਂ ਲੈ ਕੇ 2000 ਤੱਕ ਮੈਂ ਫਿਲਮੀ ਜਰਨਲਿਜ਼ਮ ਕੀਤੀ ਹੈ। 95 ਤੋਂ 97 ਤੱਕ ਮੈਂ ਮੋਗਾ ਵਿੱਚ ਰਹਿ ਕੇ ਹੀ ਆਰਟੀਕਲ ਫਿਲਮੀ ਜਿੰਨੀ ਨੌਲੇਜ ਸੀਗੀ ਲਿਖ ਕੇ ਛਪਦਾ ਹੁੰਦਾ ਸੀਗਾ ਪੰਜਾਬ ਦੇ ਵੱਡੇ ਚੋਟੀ ਦੇ ਅਖਬਾਰਾਂ ਵਿੱਚ, ਅਜੀਤ, ਜਗਬਾਣੀ ਅਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ। ਹਾਂਜੀ, ਤਾਂ ਆਪਾਂ 97 ਤੋਂ ਲੈ ਕੇ 2000 ਤੱਕ ਮੈਂ ਕਲਾਕਾਰਾਂ ਦੀਆਂ ਬੋਂਬੇ ਤੋਂ ਇੰਟਰਵਿਊਜ਼ ਵੀ ਲਈਆਂ। ਮੇਰੀ ਪਹਿਲੀ ਇੰਟਰਵਿਊ ਜਿਹੜੀ ਹੈਗੀ ਹੈ 97 ਦੇ ਵਿੱਚ, ਮੇਰੇ ਮੋਗਾ ਦੇ ਦੋਸਤ ਪਾਲ ਸਿੰਘ ਜੋ ਕਿ ਬੋਂਬੇ ਸੈਟਲ ਸੀ, ਉਹੀ ਮੇਰੀਆਂ ਸਾਰੀਆਂ ਇੰਟਰਵਿਊ ਜਿਹੜੀਆਂ ਅਰੇਂਜ ਕਰਵਾਉਂਦੇ ਸੀ, ਅਤੇ ਪਹਿਲੀ ਇੰਟਰਵਿਊ ਉਹਨਾਂ ਨੇ ਰੱਖਵਾ ਦਿੱਤੀ ਲਤਾ ਮੰਗੇਸ਼ਕਰ ਜੀ ਦੇ ਨਾਲ। ਰਾਈਸ, ਜਦੋਂ ਮੈਂ ਉਹਨਾਂ ਦੇ ਬ੍ਰਹਮ ਨਿਵਾਸ ਪਹੁੰਚਿਆ ਆਪਣੇ ਦੋਸਤ ਦੇ ਨਾਲ ਇੰਟਰਵਿਊ ਕਰਨ ਲਈ, ਤਾਂ ਮੈਂ ਪਹਿਲਾਂ ਡਰਦਾ ਸਾਂ ਕਿ ਇੰਗਲਿਸ਼ ਦੇ ਵਿੱਚ ਗੱਲਬਾਤ ਕਰਨੀ ਪਊਗੀ, ਪਰ ਇੰਗਲਿਸ਼ ਦੀ ਮੈਨੂੰ ਸਮਝ ਹੈ ਗਾਈਸ, ਲੇਕਿਨ ਮੈਂ ਜਿਹੜਾ ਹੈਗਾ ਬਹੁਤ ਜ਼ਿਆਦਾ ਇਹਦੇ 'ਤੇ ਪਕੜ ਨਹੀਂ ਹੋਣ ਕਰਕੇ ਮੈਂ ਥੋੜ੍ਹਾ ਜਿਹਾ ਤੇਜ਼ੀ ਨਾਲ ਬੋਲਣਾ ਨਹੀਂ ਸਕਦਾ, ਯਾਨੀ ਕਹਿ ਲਓ ਜਾਂ ਕਹਿ ਲਓ ਪ੍ਰੈਕਟਿਸ ਦੀ ਕਮੀ ਆ। ਅੰਡਰਸਟੈਂਡ ਮੈਂ ਕਰ ਲੈਂਦਾ, ਬੋਲ ਵੀ ਲੈਂਦਾ, ਆਪਣੀ ਗੱਲ ਦੱਸ ਦਿੰਦਾ, ਲੇਕਿਨ ਫਲੂਐਂਟਲੀ ਨਹੀਂ ਦੱਸ ਪਾਉਂਦਾ। ਠੀਕ ਹੈ ਨਾ। ਚਲੋ, ਫਿਰ ਮੈਂ ਵੀ ਜਦੋਂ ਉਹਨਾਂ ਨਾਲ ਲਤਾ ਜੀ ਦੀਦੀ ਜੀ ਨਾਲ ਜਦੋਂ ਬੈਠਾ, ਤਾਂ ਦੀਦੀ ਨੇ ਮੈਨੂੰ ਇਹੀ ਕਿਹਾ ਕਿ ਸਿੰਘ ਸਾਹਿਬ ਪੰਜਾਬੀ ਬੋਲੇ ਤੋਂ ਹਿੰਦੀ 'ਚ, ਕਿ ਸਿੰਘ ਸਾਹਿਬ ਮੈਂ ਪੰਜਾਬੀ ਕੋ ਸਮਝ ਤੋਂ ਲੈਤੀ ਹੂੰ, ਲੇਕਿਨ ਬੋਲ ਨਹੀਂ ਪਾਤੀ, ਤੋ ਮੈਂ ਮਤਲਬ ਇੰਗਲਿਸ਼ ਵੀ ਨਹੀਂ ਬੋਲ ਪਾਊਂਗੀ, ਇਤਨਾ ਅੱਛੇ ਸੇ ਤੋ ਹਮ ਹਿੰਦੀ ਮੈਂ ਬਾਤ ਕਰਾਂਗੇ। ਅਤੇ ਗਾਈਸ, ਮੈਂ ਮਤਲਬ ਅੰਦਰੋਂ ਬੜਾ ਖੁਸ਼ ਹੋ ਗਿਆ ਕਿ ਚਲੋ ਜੀ, ਮੇਰੀ ਗੱਲ ਸੁਣੀ ਗਈ ਅਤੇ ਹਿੰਦੀ ਵਿੱਚ ਅਸੀਂ ਇੰਟਰਵਿਊ ਕਰਾਂਗੇ। ਅਤੇ ਲਤਾ ਦੀਦੀ ਦੇ ਨਾਲ ਜਦੋਂ ਮੈਂ ਇੰਟਰਵਿਊ ਕੀਤੀ ਗਾਈਸ, ਤਾਂ ਮੈਂ ਕੋਈ ਵੀ ਉਹ ਗੱਲ ਨਹੀਂ ਕੀਤੀ ਜਿਹੜੀਆਂ ਕਿ ਅਖਬਾਰਾਂ ਦੇ ਵਿੱਚ ਜਾਂ ਮੈਗਜ਼ੀਨਾਂ ਦੇ ਵਿੱਚ ਜਾਂ ਪਹਿਲਾਂ ਹੀ ਆਲਰੇਡੀ ਆ ਚੁੱਕੀਆਂ ਸੀਗੀਆਂ। ਮੈਂ ਉਹਨਾਂ ਨਾਲ ਪਹਿਲਾਂ ਹੀ ਗੱਲ ਕੀਤੀ ਕਿ ਮੈਂ ਤੁਹਾਡੇ ਅਣਫੁੱਲੇ ਵਰਕਿਆਂ ਦੀ ਗੱਲ ਕਰੂੰਗਾ, ਤੁਹਾਡੀ ਇਹ ਗੱਲ ਬਹੁਤ ਹੋ ਚੁੱਕੀ ਹੈ ਕਿ ਤੁਸੀਂ ਪਰਿਵਾਰ ਲਈ ਕੀਤਾ, ਭੈਣਾਂ ਭਰਾਵਾਂ ਲਈ ਕੀਤਾ, ਸ਼ਾਦੀ ਨਹੀਂ ਕਰਾਈ, ਸਾਰੇ ਪਰਿਵਾਰ ਦੇ ਭੈਣਾਂ ਭਰਾਵਾਂ ਨੂੰ ਸੈਟਲ ਕੀਤਾ, ਇਸ ਬੱਚਾ ਬੱਚਾ ਜਾਣਦਾ ਦੇਸ਼ ਦਾ ਵਿਦੇਸ਼ ਦਾ। ਆਪਾਂ ਗੱਲ ਕਰਾਂਗੇ ਕਿ ਇੱਕ ਇਸਤਰੀ ਦੇ ਮਨ ਦੀ ਗੱਲ ਕਰਾਂਗੇ ਕਿ ਬੇਸ਼ੱਕ ਤੁਸੀਂ ਸ਼ਾਦੀ ਨਹੀਂ ਕਰਾਈ, ਲੇਕਿਨ ਇਸਤਰੀ ਦਾ ਇੱਕ ਮਨ ਹੁੰਦਾ ਕਿ ਮੇਰਾ ਵੀ ਪਰਿਵਾਰ ਹੋਵੇ, ਬੱਚੇ ਹੋਣ ਜਾਂ ਸਭ ਕੁਛ ਹੋਵੇ, ਤਾਂ ਤੁਹਾਡੇ ਮਨ 'ਚ ਕਦੇ ਆਇਆ? ਤਾਂ ਲਤਾ ਦੀਦੀ ਨੇ ਬੜੀ ਹਲੀਮੀ ਨਾਲ ਕਿਹਾ ਕਿ ਆਉਂਦਾ ਬੱਚਾ, ਯੇ ਬਾਤ ਮਨ ਮੇ ਆਤੀ ਹੈ, ਆਪਣਾ ਪਰਿਵਾਰ, ਆਪਣਾ ਸਭ ਕੁਛ ਹੋਣਾ ਚਾਹੀਏ, ਲੇਕਿਨ ਜਬ ਮੈਨੇ ਯੇ ਮਾਨ ਲਿਆ ਕਿ ਮੇਰੇ ਛੋਟੇ ਭੈਣ ਭਾਈ ਹੀ ਮੇਰੇ ਬੱਚੇ ਹੈ, ਤਾਂ ਮੇਰਾ ਪਰਿਵਾਰ ਥਾ। ਯਾਨੀ ਲਤਾ ਦੀਦੀ ਨੇ ਕਿਹਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਹੀ ਆਪਣਾ ਪਰਿਵਾਰ ਮੰਨਿਆ, ਅਤੇ ਇਸ ਕਰਕੇ ਮੇਰਾ ਉਹ ਪਰਿਵਾਰ ਸੀ, ਮੈਂ ਉਸ ਪਰਿਵਾਰ ਲਈ ਕੰਮ ਜੋ ਕੀਤਾ ਮੈਂ ਆਪਣੇ ਪਰਿਵਾਰ ਲਈ ਕੀਤਾ, ਅਤੇ ਇਸ ਕਰਕੇ ਮੈਨੂੰ ਕਦੇ ਵੀ ਕਮੀ ਮਹਿਸੂਸ ਨਹੀਂ ਹੋਈ। ਫਿਰ ਮੈਂ ਇਨਡਾਇਰੈਕਟਲੀ ਮਤਲਬ ਉਹਨਾਂ ਨਾਲ ਗੱਲ ਕੀਤੀ ਕਿ ਉਹਨਾਂ ਦਾ ਇੱਕ ਇਸ਼ਕ ਸੀ ਇੱਕ ਸ਼ਾਇਰ ਦੇ ਨਾਲ, ਯਾਨੀ ਜਿਹਦੇ ਗਾਣੇ ਉਹ ਗਾਉਂਦੇ ਵੀ ਸੀਗੇ, ਤਾਂ ਮੈਂ ਇਨਡਾਇਰੈਕਟ ਪੁੱਛਿਆ ਕਿ ਇਹ ਵੀ ਤੁਹਾਡਾ ਕੋਈ ਮਤਲਬ ਕ੍ਰਸ਼ ਜਾਂ ਤੁਹਾਡਾ ਕੋਈ ਉਹ ਹੋਵੇ? ਇਹ ਮੈਂ ਡਾਇਰੈਕਟ ਨਹੀਂ, ਇਨਡਾਇਰੈਕਟ ਵੇ ਨਾਲ ਪੁੱਛਿਆ ਕਿ ਤੁਸੀਂ ਦੀਦੀ ਇੱਕ ਸ਼ਾਇਰ ਸੀ ਜਿਹਦਾ ਗਾਣਾ ਗਾਉਣ ਤੋਂ ਬਾਅਦ ਉਹਨੂੰ ਤੁਸੀਂ ਸੋਨੇ ਦਾ ਪੈਨ ਦਿੰਦੇ ਸੀ, ਤਾਂ ਤੁਹਾਡੇ ਮਨ ਵਿੱਚ ਮਤਲਬ ਕੀ ਹੁੰਦਾ ਸੀ? ਕਿਉਂਕਿ ਤੁਸੀਂ ਹਰੇਕ ਦੇ ਗਾਣੇ ਗਾਏ, ਹਰੇਕ ਨੂੰ ਨਹੀਂ ਦਿੱਤਾ। ਮੁਸਕਰਾਏ, ਉਹ ਸਮਝ ਗਏ ਕਿ ਮੈਂ ਕੀ ਕਹਿਣਾ ਚਾਹੁੰਦਾ। ਉਹ ਕਹਿੰਦੇ ਵੀ ਸ਼ਬਦ ਜੋ ਮਨ ਕੋ ਛੂ ਜਾਤੇ ਹੈ, ਇਸ ਲਈ ਮੈਂ ਉਨਕੋ ਜੇ ਇਨਾਮ ਦਿੱਤੀ ਥੀ, ਔਰ ਕੋਈ ਬਾਤ ਨਹੀਂ। ਚਲੋ, ਉਹ ਗੱਲ ਨੂੰ ਬਦਲ ਗਏ। ਉਹਨਾਂ ਦੀਆਂ ਯਾਦਾਂ ਨੂੰ ਫਰੋਲਿਆ ਥੋੜ੍ਹਾ ਬਹੁਤ, ਤਾਂ ਪੁਰਾਣਾ ਵੀ ਆਉਣਾ ਹੀ ਸੀ ਜੀ, ਵੀ ਉਹ ਕਦੋਂ ਉਹਨਾਂ ਨੇ ਸਟਾਰਟ ਕੀਤਾ ਕੈਰੀਅਰ, ਕਿਹੜੇ ਗਾਣੇ ਤੋਂ ਕੀਤਾ, ਕਿਹੜੇ ਕਿਹੜੇ ਗਾਣੇ ਉਹਨਾਂ ਨੂੰ ਪਸੰਦ ਨੇ, ਕਿੰਨੇ ਗਾਣੇ ਉਹ ਹੁਣ ਤੱਕ ਗਾ ਚੁੱਕੇ ਨੇ। ਉਦੋਂ 97 ਤੱਕ ਵੀ ਉਹ 50,000 ਤੱਕ ਉਹਨਾਂ ਦੀ ਸੰਖਿਆ ਹੋ ਗਈ ਸੀ ਗਾਣਿਆਂ ਦੀ, ਜਿਹੜੇ ਉਹ ਰਿਕਾਰਡ ਕਰਾ ਚੁੱਕੇ ਸੀਗੇ। ਉਸ ਤੋਂ ਬਾਅਦ ਤਾਂ ਚੱਲ ਸੁਚੱਲ ਵੀ ਰਹੀ ਹੈ, ਯਾਨੀ ਕਮ ਸੇ ਕਮ 2004-5 ਤੱਕ ਤਾਂ ਉਹ ਸਕ੍ਰਿਯ ਰਹੀ ਹੈ। ਤਾਂ ਦੋਸਤੋ, ਜਦੋਂ ਅਸੀਂ ਦੀਦੀ ਦੇ ਘਰ ਪਹੁੰਚੇ, ਦੀਦੀ ਦੇ ਘਰ ਵਿੱਚ ਉਹਨਾਂ ਦੇ ਬ੍ਰਦਰ ਹਿਰਦੇ ਨਾਥ ਮੰਗੇਸ਼ਕਰ ਵੀ ਸਨ,
ਊਸ਼ਾ ਮੰਗੇਸ਼ਕਰ ਜੀ ਵੀ ਸੀ ਅਤੇ ਆਸ਼ਾ ਭੋਂਸਲੇ ਜੀ ਵੀ ਸਨ। ਅਗਸਤ ਦਾ ਮਹੀਨਾ ਹੀ ਸੀ ਦੋਸਤੋ, ਸ਼ਾਇਦ ਸਾਲ ਸੀ 1997। ਉਸ ਸਮੇਂ ਲਤਾ ਦੀਦੀ ਦੀ ਉਮਰ ਵੀ 80 ਤੋਂ ਤਾਂ ਟੱਪ ਹੀ ਚੁੱਕੀ ਸੀਗੀ, ਤਾਂ ਉਹ ਥੋੜ੍ਹੇ ਜਿਹੇ ਇਸ ਤਰ੍ਹਾਂ ਦਿਸਦੇ ਸਨ। ਜਦੋਂ ਮੈਂ ਲਤਾ ਦੀਦੀ ਦਾ ਇੰਟਰਵਿਊ ਕਰ ਰਿਹਾ ਸੀ ਤਾਂ ਉਸ ਸਮੇਂ ਘਰ ਦੇ ਵਿੱਚ ਉਹਨਾਂ ਦੇ ਬ੍ਰਦਰ ਹਿਰਦਨਾਥ ਮੰਗੇਸ਼ਕਰ ਅਤੇ ਉਹਨਾਂ ਦੀ ਛੋਟੀ ਭੈਣ ਊਸ਼ਾ ਮੰਗੇਸ਼ਕਰ। ਊਸ਼ਾ ਮੰਗੇਸ਼ਕਰ ਨੂੰ ਤੁਸੀਂ ਵੀ ਅੱਛੀ ਤਰ੍ਹਾਂ ਜਾਣਦੇ ਹੈ, ਜਿਨ੍ਹਾਂ ਦਾ ਯਾਨੀ ਜੈ ਸੰਤੋਸ਼ੀ ਮਾਤਾ ਦੇ ਜਿਹੜੇ ਭਜਨ ਬਹੁਤ ਮਸ਼ਹੂਰ ਹੋਏ ਸੀਗੇ, ਮਦਦ ਕਰੋ ਸੰਤੋਸ਼ੀ ਮਾਤਾ ਵਗੈਰਾ ਔਰ ਬਹੁਤ ਸਾਰੇ, ਔਰ ਇੱਕ ਉਹਨਾਂ ਦਾ ਜਿਹੜਾ ਹੈਲਨ 'ਤੇ ਫਿਲਮਾਇਆ ਹੋਇਆ ਜਿਹੜਾ ਡਾਂਸ ਗਾਣਾ ਵੀ ਸੀਗਾ, ਮੰਗਲਾ ਮੰਗਲਾ ਮੈਂ ਗੁੜਕੀ ਡਲੀ, ਮੰਗਤਾ ਹੈ ਤੋ ਆ ਜਾ ਰਸੀਆ, ਨਾ ਹੀ ਤੋ ਮੈਂ ਜੇ ਚੱਲੀ, ਯਾਨੀ ਕੁਛ ਉਹਨਾਂ ਨੇ ਵੀ ਗਾਣੇ ਗਾਏ ਹੋਏ ਆ। ਉਹ ਹਾਜ਼ਰ ਸਨ, ਉਹਨਾਂ ਦੇ ਬ੍ਰਦਰ ਵੀ ਹਾਜ਼ਰ ਸਨ, ਤਾਂ ਮੈਂ ਫਿਰ ਇਹਨਾਂ ਤਿੰਨਾਂ ਦੀ ਜਿਹੜੀ ਹੈ ਇੱਕ ਵਾਰੀ ਯਾਦਗਾਰੀ ਫੋਟੋ ਕਰਵਾ ਕੇ ਆਪਣੇ ਕੋਲ ਸਹੇਜੀ ਸੀ। ਲਤਾ ਦੀਦੀ ਦੇ ਨਾਲ ਬਹੁਤ ਗੱਲਾਂ ਚੱਲਦੀਆਂ ਰਹੀਆਂ, ਉਹਨਾਂ ਦੇ ਪਰਿਵਾਰ ਦੀਆਂ, ਉਹਨਾਂ ਦੇ ਕਰੀਅਰ ਦੀਆਂ। ਉਹਨਾਂ ਨੇ ਆਪਣੇ ਗਾਣਿਆਂ ਦੇ ਵਿੱਚ ਯਾਨੀ ਕਿਹਾ ਕਿ ਮੈਨੂੰ ਗਾਣੇ ਕਾਫੀ ਅੱਛੇ ਜਿਹੜੇ ਲੱਗਦੇ ਆ, ਉਹ ਪੁਰਾਣੇ ਗਾਣੇ ਹੀ ਅੱਛੇ ਲੱਗਦੇ ਆ, ਨਵੇਂ ਗਾਣੇ ਕਹਿੰਦੇ ਮੈਂ ਗਾ ਤਾਂ ਲੈਂਦੀ ਹਾਂ ਕਿਉਂਕਿ ਪ੍ਰੋਫੈਸ਼ਨ ਹੈ, ਸਮੇਂ ਦੇ ਨਾਲ ਬਦਲਣਾ ਪੈਂਦਾ। ਪਰ ਉਹਨਾਂ ਦੇ ਬਹੁਤ ਗੱਲਾਂ ਜਿਹੜੀਆਂ ਮੈਨੂੰ ਯਾਨੀ ਸ਼ਬਦ ਜਿਹੜੇ ਆ ਯਾਦ ਨਹੀਂ ਰਹਿੰਦੇ। ਔਰ ਇੱਕ ਦੋਸਤੋਂ ਗੱਲ ਮੈਂ ਦੱਸਦਾ, ਦੀਦੀ ਯਾਨੀ ਜਿਹੜੇ ਪੁਰਾਣੇ ਕਲਾਕਾਰ ਹੈ ਉਹ ਬਿਲਕੁਲ ਸੱਚੇ ਸੁੱਚੇ ਹੁੰਦੇ ਆ, ਉਹ ਕਦੇ ਕੋਈ ਗੱਲ ਲੁਕਾਉਂਦੇ ਨਹੀਂ। ਉਹ ਇਹ ਨਹੀਂ ਸਮਝਦੇ ਕਿ ਪਤਾ ਨਹੀਂ ਸਾਡੀ ਕੋਈ ਇੱਜ਼ਤ ਜਾਂ ਸਾਡੇ ਕੋਈ ਨੰਬਰ ਘੱਟ ਜਾਣਗੇ। ਉਹਨਾਂ ਨੇ ਮੈਨੂੰ ਮੰਨਿਆ ਕਿ ਮੈਂ ਸ਼ੁਰੂ ਤੋਂ ਹੀ ਜਿੰਨੇ ਵੀ ਗਾਣੇ ਗਾਏ ਹੈ ਮੈਨੂੰ ਕੋਈ ਵੀ ਯਾਦ ਨਹੀਂ ਰਹਿੰਦਾ ਸੀ। ਉਹ ਕਹਿੰਦੇ ਸਟੂਡੀਓ ਦੇ ਵਿੱਚ ਵੀ ਮੈਂ ਸਾਹਮਣੇ ਲਿਖ ਕੇ ਰੱਖਦੀ ਸੀਗੀ ਸ਼ਬਦ, ਔਰ ਜਦੋਂ ਸਟੇਜ 'ਤੇ ਪਰਫੋਰਮੈਂਸ ਕਰਦੇ ਸੀ ਉਦੋਂ ਵੀ ਇੱਕ ਸਟੈਂਡ ਹੁੰਦਾ ਸੀ ਅਤੇ ਮੇਰੀ ਡਾਇਰੀ ਜਿਹੜੀ ਉਸ ਸਟੈਂਡ 'ਤੇ ਲੱਗੀ ਹੁੰਦੀ ਸੀ ਅਤੇ ਮੈਂ ਨਿਗਾਹ ਮਾਰਦੀ ਰਹਿੰਦੀ ਸੀ ਵੀ ਤਾਂ ਜੋ ਮੈਂ ਕੋਈ ਸ਼ਬਦ ਭੁੱਲ ਨਾ ਜਾਵਾਂ। ਟਿਊਨ ਲੈ ਸਭ ਕੁਝ ਯਾਦ ਰਹਿੰਦਾ ਸੀ, ਪਰ ਕਈ ਵਾਰੀ ਕੁਝ ਸ਼ਬਦ ਨਹੀਂ ਸੀ ਯਾਦ ਰਹਿੰਦੇ ਦੀਦੀ ਨੂੰ, ਇਸ ਕਰਕੇ ਉਹ ਵੇਖ ਕੇ ਹੀ ਗਾਉਂਦੇ ਸੀ ਅਕਸਰ, ਚਾਹੇ ਉਹ ਸਟੇਜ 'ਤੇ ਲਾਈਵ ਸੀ ਚਾਹੇ ਉਹ ਰਿਕਾਰਡਿੰਗ ਹੁੰਦਾ ਸੀ। ਦੋਸਤੋ, ਦੀਦੀ ਨੇ ਇੱਕ ਯਾਦ ਸਾਂਝੀ ਕੀਤੀ ਕਿ ਮੁਹੰਮਦ ਰਫੀ ਜੀ ਦੇ ਨਾਲ ਬਹੁਤ ਅੱਛਾ ਤਾਲਮੇਲ ਸੀ, ਬੜੇ ਅੱਛੇ ਅੱਛੇ ਉਹਨਾਂ ਨੇ ਸੌਂਗ ਗਾਏ ਆ, ਬਹੁਤ ਹਿੱਟ ਸੌਂਗ ਗਾਏ ਆ ਅਤੇ ਪੰਜਾਬੀ ਦੇ ਵੀ ਗਾਏ ਆ ਉਹਨਾਂ ਨੇ, ਔਰ ਨਾਨਕ ਨਾਮ ਜਹਾਜ਼ ਹੈ ਫਿਲਮ 'ਚ ਸ਼ਬਦ ਵੀ ਗਾਇਆ, ਰੇ ਮਨ ਮੇਰੇ ਕੁਛ ਇਸ ਤਰ੍ਹਾਂ ਦਾ ਸ਼ਬਦ ਵੀ ਗਾਇਆ। ਔਰ ਉਹਨਾਂ ਨੇ ਦੱਸਿਆ ਕਿ ਮੈਂ ਪ੍ਰੋਫੈਸ਼ਨਲ ਦੇ ਤੌਰ ਦੇ ਉੱਤੇ ਬਹੁਤ ਹੀ ਸਖਤ ਸਾਂ, ਅਤੇ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਕਿ ਸਾਰੇ ਹੀ ਗਾਇਕਾਂ ਨੂੰ ਉਹਨਾਂ ਦੇ ਗਾਏ ਗਾਣਿਆਂ 'ਤੇ ਤਾ ਉਮਰ ਰਿਐਲਿਟੀ ਮਿਲਣੀ ਚਾਹੀਦੀ ਹੈ, ਕਿਉਂਕਿ ਗਾਣੇ ਬਾਰ ਬਾਰ ਵੱਜਦੇ ਆ, ਕਦੇ ਕਿਸੇ ਰੇਡੀਓ ਸਟੇਸ਼ਨ 'ਤੇ, ਕਦੇ ਕਿਸੇ ਰੇਡੀਓ ਸਟੇਸ਼ਨ 'ਤੇ, ਫਿਰ TV ਆ ਗਿਆ, TV 'ਤੇ ਅਤੇ ਸਟੇਜਾਂ 'ਤੇ ਜਾਂ ਕਿਤੇ ਵੀ ਜਦੋਂ ਉਹਨਾਂ ਦੇ ਗਾਣੇ ਚੱਲਣ ਤਾਂ ਉਹਨਾਂ ਨੂੰ ਰਾਇਲਟੀ ਮਿਲੇ। ਸਟੇਜਾਂ ਵਾਲੀ ਗੱਲ ਤਾਂ ਨਹੀਂ ਪਤਾ ਲੱਗ ਸਕਦੀ ਸੀ ਕਿਉਂਕਿ ਪਤਾ ਨਹੀਂ ਕਦੋਂ ਕਿੱਥੇ ਕਿਹੜਾ ਪ੍ਰੋਗਰਾਮ ਹੋ ਗਿਆ, ਪਰ ਰੇਡੀਓ ਸਟੇਸ਼ਨਾਂ ਦੇ ਉੱਤੇ ਆਰਡਰ ਰੇਡੀਓ ਸਟੇਸ਼ਨ 'ਤੇ ਜਦੋਂ ਵੀ ਗਾਣਾ ਚੱਲੇ ਜਾਂ ਦੂਰਦਰਸ਼ਨ ਦੇ ਕਿਸੇ ਵੀ ਸੈਂਟਰ ਤੋਂ ਗਾਣਾ ਚੱਲੇ ਤਾਂ ਰਾਇਲਟੀ ਜ਼ਰੂਰ ਮਿਲਣੀ ਚਾਹੀਦੀ ਹੈ। ਪਰ ਉਹ ਮੁਹੰਮਦ ਰਫੀ ਜੀ ਮੇਰੇ ਨਾਲ ਸਹਿਮਤ ਨਹੀਂ ਹੋਏ, ਉਹ ਕਹਿਣ ਲੱਗੇ ਕਿ ਲਤਾ ਜਦੋਂ ਆਪਾਂ ਇੱਕ ਵਾਰੀ ਪੈਸਾ ਲੈ ਲਿਆ ਪ੍ਰੋਡਿਊਸਰ ਤੋਂ ਗਾ ਤਾਂ ਕੰਮ ਖਤਮ ਹੋ ਗਿਆ, ਰਾਇਲਟੀ ਦਾ ਕੀ ਕੰਮ? ਉਹ ਕਹਿੰਦੇ ਨਹੀਂ, ਜਦੋਂ ਇਹ ਗਾਣੇ ਵੱਜਦੇ ਆ ਜਾਂ ਜਦੋਂ ਮਿਊਜ਼ਿਕ ਵਿਕਦਾ ਤਾਂ ਪ੍ਰੋਡਿਊਸਰ ਨੂੰ ਸੰਗੀਤਕਾਰ ਨੂੰ ਰਾਇਲਟੀ ਮਿਲਦੀ ਹੈ ਤਾਂ ਗਾਇਕ ਨੂੰ ਵੀ ਮਿਲਣੀ ਚਾਹੀਦੀ ਹੈ। ਇਸ ਲਈ ਮੈਂ ਲੜਾਈ ਲੜੀ ਔਰ ਸਾਰਿਆਂ ਨੂੰ ਦਵਾਇਆ। ਇਸ ਚੱਕਰ ਦੇ ਵਿੱਚ ਰਫੀ ਸਾਹਿਬ ਨਾਲ ਮੈਂ 3-4 ਸਾਲ ਬੋਲੀ ਨਹੀਂ ਔਰ ਇਹਦਾ ਮਤਲਬ ਗਾਣੇ ਨਹੀਂ ਉਹਦੇ ਨਾਲ ਗਾ ਸਕੀ ਸੀ। ਉਹਨਾਂ ਨੂੰ ਬੜਾ ਮਲਾਲ ਹੈ, ਲੇਕਿਨ 2-3 ਸਾਲ ਬਾਅਦ ਹੀ ਉਹ ਫਿਰ ਮਤਲਬ ਗਾਉਣ ਲੱਗ ਗਏ ਸੀਗੇ। ਪਰ ਮੁਹੰਮਦ ਰਫੀ ਜੀ ਤਾਂ ਛੋਟੀ ਉਮਰ 'ਚ ਹੀ 55 ਸਾਲ ਦੀ ਉਮਰ 'ਚ 31 ਜੁਲਾਈ 1980 'ਚ ਯਾਨੀ 80 'ਚ ਪੂਰੇ ਹੋ ਗਏ ਸੀ ਹਾਰਟ ਅਟੈਕ ਨਾਲ, ਔਰ ਦੀਦੀ ਉਹਨਾਂ ਦੀਆਂ ਯਾਦਾਂ ਸਮੇਟੀ ਬੈਠੀ ਹੈ। ਇਸੇ ਤਰ੍ਹਾਂ ਹੀ ਉਹ ਮੁਕੇਸ਼ ਜੀ ਦੀਆਂ ਯਾਦਾਂ ਵੀ ਮੇਰੇ ਨਾਲ ਸਾਂਝੀਆਂ ਕਰਦੇ ਸਨ ਕਿ ਜਦੋਂ ਮੁਕੇਸ਼ ਜੀ ਦੇ ਨਾਲ ਉਹ ਗਏ ਹੋਏ ਸੀਗੇ 76 ਦੀ ਗੱਲ ਉਹਨਾਂ ਨੇ ਉਦੋਂ ਤਾਂ ਦੱਸੀ ਸੀ ਐਗਜੈਕਟ, ਹੁਣ ਦੋਸਤੋ ਮੈਨੂੰ ਐਗਜੈਕਟ ਭੁੱਲ ਗਈ ਡੇਟ,
ਅਤੇ ਉਦੋਂ ਉਹ ਫੋਰਨ ਦੇ ਵਿੱਚ ਉਹਨਾਂ ਨਾਲ ਸਟੇਜ ਸਾਂਝੀ ਕਰਕੇ ਜਦੋਂ ਇੰਡੀਆ ਆਏ ਸੀ ਤਾਂ ਆਉਂਦੇ ਹੀ ਮੁਕੇਸ਼ ਜੀ ਨੂੰ ਹਾਰਟ ਅਟੈਕ ਹੋ ਗਿਆ ਸੀ, ਡੈਥ ਹੋ ਗਈ ਸੀ। ਉਹਨੂੰ ਆਪਣਾ ਭਾਈ ਮੰਨਦੇ ਸੀ, ਉਹਨਾਂ 'ਤੇ ਰੱਖੜੀ ਵੀ ਬੰਨ੍ਹਦੇ ਸੀ, ਅਤੇ ਲਤਾ ਦੀਦੀ ਨੂੰ ਬਹੁਤ ਦੁੱਖ ਹੋਇਆ ਸੀ ਔਰ ਉਹਨਾਂ ਨੇ ਉਹਨਾਂ ਦੀ ਬਹੁਤ ਕਮੀ ਮਹਿਸੂਸ ਕੀਤੀ ਕਈ ਸਾਲ। ਪਰ ਪ੍ਰੋਫੈਸ਼ਨਲ ਹੋਣ ਕਰਕੇ ਉਹਨਾਂ ਨੂੰ ਆਪਣੀ ਜਿਹੜੀ ਹੈਗੀ ਜਰਨੀ ਜਾਰੀ ਰੱਖਣੀ ਪਈ ਸੀ। ਦੋਸਤੋ, ਅਗਲੀ ਕੜੀ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਯਾਦਾਂ ਸੁਨੀਲ ਦੱਤ ਜੀ ਦੇ ਨਾਲ, ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਸੀ ਉਹ, ਅਤੇ ਹੋਰ ਜਿਹੜੇ ਵੀ ਕਲਾਕਾਰਾਂ ਨਾਲ ਕੀਤੀਆਂ ਸੀਗੀਆਂ। ਅਗਲੇ ਆਉਣ ਵਾਲੇ ਐਪੀਸੋਡਾਂ ਵਿੱਚ ਲੈ ਕੇ ਆਉਂਦਾ ਰਹੂੰਗਾ। ਉਮੀਦ ਹੈ ਤੁਸੀਂ ਮੈਨੂੰ ਪਿਆਰ ਦਿਓਗੇ, ਮੁਹੱਬਤ ਦਿਓਗੇ, ਅਤੇ ਮੇਰੀ ਫੈਮਿਲੀ ਵਧਾਉਂਦੇ ਰਹੋਗੇ, ਤਾਂ ਮੈਂ ਇਹੋ ਜਿਹੀਆਂ ਯਾਦਾਂ ਲੈ ਕੇ ਆਉਂਦਾ ਰਹਾਂਗਾ। ਔਰ ਇਸ ਚੈਨਲ ਵਿੱਚ ਦੋਸਤੋ ਮੈਂ ਕਰੰਟ ਅਫੇਅਰ ਜਾਂ ਨਿਊਜ਼ ਵੀ ਦੇਵਾਂਗਾ ਸਮੇਂ ਸਮੇਂ 'ਤੇ, ਜਿਹੜੀਆਂ ਕਿ ਲੋੜੀਂਦੀਆਂ ਔਰ ਜ਼ਰੂਰੀ ਹੈ ਕਿ ਤੁਹਾਡੇ ਨਾਲ ਸਾਂਝੀਆਂ ਹੋ ਸਕਣ। ਹਰ ਨਿਊਜ਼ ਜਾਂ ਨਿਊਜ਼ ਚੈਨਲ ਵਾਂਗੂ ਨਹੀਂ, ਲੇਕਿਨ ਕਰੰਟ ਅਫੇਅਰ ਜਾਂ ਕਰੰਟ ਟੌਪਿਕ 'ਤੇ ਗੱਲ ਕਰਾਂਗੇ। ਦਾ ਕਰੰਟ ਟੌਪਿਕ ਇਹੀ ਹੈ ਕਿ ਹਾਲੇ ਸਾਵਨ ਮਹੀਨਾ ਆਉਣ ਵਿੱਚ 2 ਦਿਨ ਹੈ, ਲੇਕਿਨ ਜਦੋਂ ਵੀਡੀਓ ਆ ਜਾਵੇਗੀ ਤੁਹਾਡੇ ਕੋਲ ਸਾਵਨ ਮਹੀਨਾ ਆ ਚੁੱਕਾ ਹੋਊਗਾ। ਪਰ ਪੰਜਾਬ ਦੇ ਵਿੱਚ ਦੋਸਤੋ ਪ੍ਰੀ ਮੌਨਸੂਨ ਅਤੇ ਮੌਨਸੂਨ ਦੀ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ। ਦਰਿਆ ਜਿਹੜੇ ਹੈਗੇ, ਕਿਉਂਕਿ ਪਹਾੜਾਂ 'ਤੇ ਹਿਮਾਚਲ 'ਚ ਜ਼ਿਆਦਾ ਪਾਣੀ ਹੋਣ ਕਰਕੇ ਹਿਮਾਚਲ ਦਾ ਪਾਣੀ ਪੰਜਾਬ ਦੇ ਦਰਿਆਵਾਂ 'ਚ ਆ ਜਾਂਦਾ, ਤਾਂ ਹੜ੍ਹ ਵਰਗੀ ਸਥਿਤੀ ਬਹੁਤ ਸਾਰੇ ਏਰੀਏ 'ਚ ਬਣੀ ਹੋਈ ਹੈ। ਔਰ ਦੋਸਤੋ ਮੈਂ ਜਦੋਂ ਦੇਖੀ ਰਿਪੋਰਟਿੰਗ, ਤਾਂ ਇੱਕ ਥਾਂ ਤਾਂ ਐਸੀ ਹੈ ਰੋਪੜ ਦੀ ਕਿ ਇੱਕ ਹੀ ਬੰਨ 4 ਥਾਵਾਂ ਤੋਂ ਟੁੱਟ ਗਿਆ ਜੀ। ਯਾਨੀ ਬਹੁਤ ਸਾਂਭ ਸੰਭਾਲ ਦੀ ਕਮੀ ਹੈ ਦੋਸਤੋ। ਸਾਂਭ ਸੰਭਾਲ ਜ਼ਰੂਰੀ ਚਾਹੀਦੀ ਹੈ। ਪੰਜਾਬ ਸਰਕਾਰ ਬਹੁਤ ਅੱਛੇ ਕੰਮ ਕਰ ਰਹੀ ਹੈ, ਨੋ ਡਾਊਟ, ਲੇਕਿਨ ਉਹਨਾਂ ਨੂੰ ਮੌਨਸੂਨ ਤੋਂ ਪਹਿਲਾਂ ਯਾਨੀ ਇਹ ਜਿਹੜੇ ਬੰਨ ਹੈ ਇਹਨਾਂ ਦੇ ਉੱਤੇ ਕੰਮ ਜ਼ਰੂਰ ਕਰਵਾ ਲੈਣਾ ਚਾਹੀਦਾ ਸੀਗਾ। ਨਹਿਰੀ ਵਿਭਾਗ ਦੇ ਲੋਕਾਂ ਦੀ ਤਾਂ ਮੈਂ ਇਹਨੂੰ ਲਾਪਰਵਾਹੀ ਹੀ ਮੰਨੂੰਗਾ। ਤੁਸੀਂ ਦੱਸੋ ਵੀ ਐਂ ਬੰਨ ਟੁੱਟ ਜਾਣੇ, ਵੀ ਚੂਹੇ ਖੁੱਡਾਂ ਕਰ ਗਏ, ਉਹ ਖੁੱਡਾਂ ਕਰ ਗਏ, ਤਾਂ ਯਾਰ ਦੇਖਣ ਦਾ ਫਰਜ਼ ਕਿਹਦਾ ਸੀਗਾ? ਡਿਊਟੀਆਂ ਤਾਂ ਆਪਾਂ ਹੀ ਦਿੰਦੇ ਹਾਂ ਨਾ, ਦੇਖੋ ਡਿਊਟੀਆਂ ਦਿੰਦੇ ਹਾਂ। ਔਰ ਜੇ ਤੁਸੀਂ ਕਹਿੰਦੇ ਫੰਡਾਂ ਦੀ ਕਮੀ ਹੈ, ਤਾਂ ਫਿਰ ਸਰਕਾਰ ਤੋਂ ਫੰਡ ਮੰਗ ਲੈਣੇ ਚਾਹੀਦੇ ਹੈ। ਸਰਕਾਰ ਹੋਰ ਪਾਸੇ ਵੀ ਖਰਚੇ ਕਰਦੀ ਹੈ, ਤਾਂ ਬੰਨਾਂ ਨੂੰ ਵੀ ਪੱਕਿਆਂ ਜ਼ਰੂਰ ਕਰੇ। ਤਾਂ ਇਹ ਦੱਸੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੈ ਤਾਂ ਕਮੈਂਟ ਕਰਕੇ ਦੱਸਿਓ, ਔਰ ਇਸ ਟੌਪਿਕ ਦੇ ਉੱਤੇ ਹੋਰ ਕੀ ਕੁਝ ਹੋਣਾ ਚਾਹੀਦਾ ਮੈਨੂੰ ਜ਼ਰੂਰ ਦੱਸਿਓ। ਅੱਛਾ, ਤਾਂ ਹੁਣ ਇਹ ਵੀਡੀਓ ਬੰਦ ਕਰਦੇ ਹਾਂ। ਨਮਸਕਾਰ, ਸਤਿ ਸ਼੍ਰੀ ਅਕਾਲ, ਕੇਮ ਸ਼ੋ। ਤਾਂ ਆਪਾਂ ਅਗਲੀ ਵੀਡੀਓ 'ਚ ਫਿਰ ਮਿਲਾਂਗੇ ਯਾਦਾਂ ਬਾਲੀਵੁੱਡ ਦੀਆਂ ਲੈ ਕੇ।